ਮੁਖੜੇ ਤੋਂ ਲਾਓ ਯਾ, ਕੁੰਡ ਮੁਖੜੇ ਤੋਂ ਲਾਓ ਯਾ, ਸਾਹਮਣੇ ਆ ਕੇ ਸੁਣ ਲੈ ਦੁਖੜੇ, ਸਾਹਮਣੇ ਆ ਕੇ ਸੁਣ ਲੈ ਦੁਖੜੇ, ਨਾ ਲੁਕ ਕੇ ਤੜੇ ਆਓ ਯਾ, ਕੁੰਡ ਮੁਖੜੇ ਤੋਂ। ਪੰਜਾਬੀ ਸ਼ੇਰੋ ਅਦਬ ਹੋਵੇ ਜਾਂ ਲੋਕ ਅਦਬ, ਇਹਦੀ ਇਹ ਹਮੇਸ਼ਾ ਤੋਂ ਹੀ ਖੂਬੀ ਰਹੀ ਹੈ ਕਿ ਇਹ ਲੋਕਾਂ ਦੀ ਗੱਲ ਲੋਕਾਂ ਲਈ ਕਰਦਾ ਹੈ। ਇਹ ਸ਼ਾਹੀਆਂ ਅਤੇ ਤਨਕੀਦ ਅਤੇ ਅਵਾਮੀ ਹੱਕਾਂ ਦੀ ਗੱਲ ਹਰ ਦੌਰ ਵਿੱਚ ਕਰਦਾ ਆਇਆ ਹੈ। ਧਰਤੀ ਦੇ ਮਸਲਿਆਂ ਅਤੇ ਲੋਕਾਂ ਦੀਆਂ ਲੋੜਾਂ ਇਹਦਾ ਖਾਸ ਮੌਜੂ ਰਿਹਾ ਹੈ। ਜਿਵੇਂ ਲੋਕ ਅਦਬ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ 'ਤੇ ਹਮਲਿਆਂ ਅਤੇ ਲੁੱਟ ਮਾਰ ਤੋਂ ਬਾਅਦ ਇਹ ਮਸ਼ਹੂਰ ਹੋਇਆ ਕਿ ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹ ਦਾ। ਸੂਫੀ ਸ਼ਾਇਰੀ ਵੱਲ ਜਾਤ ਪਾਵੀਏ ਅਤੇ ਬਾਬਾ ਫਰੀਦ ਤੋਂ ਲੈ ਕੇ ਖਾਜਾ ਫਰੀਦ ਤਾਈਂ ਸਾਮਰਾਜੀ ਤਾਕਤਾਂ ਦੇ ਖਿਲਾਫ ਆਵਾਜ਼ ਨਾ ਸਿਰਫ ਉੱਠਦੀ ਨਜ਼ਰ ਆਉਂਦੀ ਹੈ, ਸਗੋਂ ਆਮ ਰੀਤਾਂ ਅਤੇ ਸ਼ਾਹੀਆਂ ਦਾ ਰਾਹ ਡੱਕਦਾ ਵੀ ਨਜ਼ਰ ਆਉਂਦੀ ਹੈ। ਸ਼ਾਹ ਹੁਸੈਨ ਦਾ ਮੁਗਲ ਦਰਬਾਰ ਹੋਵੇ, ਬੁੱਲੇ ਸ਼ਾਹ ਦਾ ਨਾਦਰੀ ਦਰਬਾਰ ਦਾ ਰਾਹ ਡੱਕਣਾ ਹੋਵੇ, ਵਾਰਿਸ ਸ਼ਾਹ ਦੀ ਕਾਜ਼ੀ ਮੁੱਲਾਂ ਦੀ ਨਿੰਦਿਆ ਹੋਵੇ, ਜਾਂ ਖਾਜਾ ਫਰੀਦ ਦਾ ਪੱਟ ਅੰਗਰੇਜ਼ੀ ਥਾਣੇ ਦਾ ਧਰਤੀ ਨਾਲ ਜੁੜਿਆ ਫਲਸਫਾ ਹੋਵੇ, ਇਹ ਲੋਕਾਂ ਦੇ ਹੱਕਾਂ ਦੀ ਭਰਪੂਰ ਨੁਮਾਇੰਦਗੀ ਕਰਦੇ ਨਜ਼ਰ ਆਉਂਦੇ ਨੇ। ਇਸ ਲਈ ਤਾਂ ਇਹ ਅਦਬ ਲੋਕਾਂ ਦੇ ਸਰਕਾਰੀ ਸਰਪ੍ਰਸਤੀ ਨਾ ਹੋਣ ਦੇ ਕਾਰਨ ਵੀ ਸੀਨਿਆਂ ਵਿੱਚ ਜ਼ਿੰਦਾ ਹੈ ਅਤੇ ਰਵੇਗਾ ਵੀ। ਇਹ ਰੀਤ ਖਾਜਾ ਫਰੀਦ 'ਤੇ ਮੁੱਕ ਨਹੀਂ ਜਾਂਦੀ। ਪਾਕਿਸਤਾਨ ਬਣਨ ਦੇ ਬਾਅਦ ਵੀ ਜਦੋਂ ਇੱਥੇ ਅਵਾਮੀ ਰਾਜ ਦੀ ਥਾਂ ਕੁਛ ਤਾਕਤਾਂ ਦੇ ਹੱਥ ਲੋਕਾਂ ਦਾ ਹੱਕ ਖਾਧਾ ਜਾਂਦਾ ਹੈ, ਅਤੇ ਪੰਜਾਬੀ ਸ਼ਾਇਰੀ ਆਪਣੀ ਅਸਲ ਰੂਹ ਨਾਲ ਇਹਨਾਂ ਨਾਲ ਬਿਨਾਂ ਕਿਸੇ ਡਰ ਦੇ ਲੜਦੀ ਨਜ਼ਰ ਆਉਂਦੀ ਹੈ। ਇਹਨਾਂ ਵਿੱਚੋਂ ਹੀ ਇੱਕ ਪੰਜਾਬੀ ਦਾ ਵਾਰਿਸ, ਪੰਜਾਬੀ ਦਾ ਇੱਕ ਵੱਡਾ ਨਾਂ ਹੈ, ਉਸਤਾਦ ਦਾਮਨ ਹੋਰਾਂ ਦਾ। ਉਸਤਾਦ ਦਾਮਨ 4 ਸਤੰਬਰ 1911 ਨੂੰ ਲਾਹੌਰ ਦੇ ਵਿੱਚ ਜੰਮੇ। ਮਾਪਿਆਂ ਨੇ ਆਪ ਦਾ ਨਾਂ ਚਿਰਾਗਦੀਨ ਰੱਖਿਆ। ਵਾਲਿਦ ਦਾ ਨਾਂ ਮੀਰਾ ਬਖਸ਼ ਅਤੇ ਮਾਂ ਦਾ ਨਾਂ ਕਰੀਮ ਬੀਬੀ ਸੀ। ਬਾਲਪਨੇ ਦੀ ਉਮਰੇ ਮੁਹੱਲੇ ਦੀ ਮਸੀਤ ਦੇ ਮੌਲਵੀ ਕੋਲੋਂ ਜਿਹੜੇ ਵੀ ਕਿੱਸੇ ਆਪ ਸੁਣਦੇ, ਨਕਲ ਲਾ ਕੇ ਆਪਣੇ ਹਾਣੀਆਂ ਨੂੰ ਸੁਣਾ ਕੇ ਖੁਸ਼ ਕਰਦੇ ਰਹਿੰਦੇ ਅਤੇ ਵਾਹ ਵਾਹ ਵਸੂਲ ਵੀ ਕਰਦੇ ਰਹਿੰਦੇ। ਇਹ ਉਹ ਵਾਹ ਵਾਹ ਚਿਰਾਗਦੀਨ ਨੂੰ ਉਸਤਾਦ ਦਾਮਨ ਤਿੱਕਰ ਦੇ ਸਫ਼ਰ ਵਿੱਚ ਨਾਲ ਨਾਲ ਟੁੱਟਦੀ ਰਹੀ। ਇੱਕ ਵੇਲਾ ਉਹ ਵੀ ਆਇਆ ਜਦੋਂ ਉਸਤਾਦ ਜੀ ਦੇ ਸਟੇਜ ਉੱਤੇ ਆਉਂਦਿਆਂ ਹੀ ਮਜਮੇ ਵਿੱਚ ਹਲਚਲ ਅਤੇ ਜ਼ਿੰਦਗੀ ਦੀ ਲਹਿਰ ਦੌੜ ਜਾਂਦੀ। ਪਿਓ ਦੇ ਬਿਮਾਰ ਰਹਿਣ ਦੇ ਕਾਰਨ ਉਸਤਾਦ ਜੀ ਨੂੰ ਤਾਲੀਮ ਛੱਡ ਕੇ ਦਰਜ਼ੀਆਂ ਦਾ ਕੰਮ ਸੰਭਾਲਣਾ ਪਿਆ। ਅਜੇ ਜਵਾਨ ਨਹੀਂ ਹੋਏ ਸਨ ਕਿ ਬਰੇ ਸਗੀਰ ਦੇ ਵਿੱਚ ਅੰਗਰੇਜ਼ਾਂ ਦੇ ਖਿਲਾਫ਼ ਨਫ਼ਰਤ ਅਤੇ ਆਜ਼ਾਦੀ ਦੀ ਲਹਿਰ ਜ਼ੋਰਾਂ 'ਤੇ ਸੀ। ਉਸਤਾਦ ਦਾਮਨ ਉਰੇ ਵੀ ਕੱਪੜੇ ਸੀਣ ਦੀ ਮਸ਼ੀਨ ਦੇ ਨਾਲ ਨਾਲ ਆਜ਼ਾਦੀ ਦੇ ਗਾਵਣ ਗਾਉਂਦੇ ਰਹਿੰਦੇ ਸਨ। ਇੱਕ ਵਾਰ ਮੀਆਂ ਇਫਤਖਾਰਦੀਨ ਕੱਪੜੇ ਸਿਵਾਉਣ ਲਈ ਆਏ ਤਾਂ ਉਹਨਾਂ ਉਸਤਾਦ ਹੋਰਾਂ ਨੂੰ ਆਜ਼ਾਦੀ ਦਾ ਗੀਤ ਗਾਉਂਦਿਆਂ ਸੁਣਿਆ। ਇਸ ਗੀਤ ਤੋਂ ਮੁਤਾਸਰ ਹੋ ਕੇ ਉਹਨਾਂ ਉਸਤਾਦ ਜੀ ਨੂੰ ਆਪਣੇ ਜਲਸੇ ਵਿੱਚ ਆਜ਼ਾਦੀ ਦਾ ਗੀਤ ਪੜ੍ਹਨ ਦੀ ਦਾਵਤ ਦਿੱਤੀ। ਅਗਲੇ ਦਿਹਾੜੇ ਮੋਚੀ ਦਰਵਾਜ਼ੇ ਵਿੱਚ ਕਾਂਗਰਸ ਦਾ ਜਲਸਾ ਹੋਇਆ। ਪੰਡਿਤ ਜਵਾਹਰ ਲਹਿਰੂ ਵੀ ਸਟੇਜ 'ਤੇ ਮੌਜੂਦ ਸਨ। ਉਹਨਾਂ ਉਸਤਾਦ ਦਾਮਨ ਜੀ ਨੂੰ ਗੀਤ ਰਾਹੀਂ ਜਲਸੇ ਵਿੱਚ ਜੋਸ਼ ਖਰੋਸ਼ ਪੈਦਾ ਕਰਦਿਆਂ ਵੇਖਿਆ ਤਾਂ
ਤਾਂ ਖੁਸ਼ ਹੋ ਕੇ ਆਪਣੇ ਨਾਲ ਮਿਲਾ ਲਿਆ ਅਤੇ ਆਪਣਾ ਆਜ਼ਾਦੀ ਦਾ ਸ਼ਾਇਰ ਮਿੱਥ ਲਿਆ। ਆਜ਼ਾਦੀ ਮਿਲਣ ਮਗਰੋਂ ਆਪਣੇ ਹੀ ਪੰਜਾਬੀ ਬਿਰਾਵਾਂ ਅਤੇ ਉਹਨਾਂ ਨੇ ਜ਼ਾਤੀ ਲਾਇਬ੍ਰੇਰੀ ਅਤੇ ਦੁਕਾਨ ਨੂੰ ਅੱਗ ਲਾ ਕੇ ਸਾੜ ਦਿੱਤਾ। ਇਸ ਵਾਕੇ ਦੇ ਬਾਅਦ ਉਸਤਾਦ ਜੀ ਦਿਲ ਬਰਦਾਸ਼ਤਾ ਹੋ ਕੇ ਬਾਗਬਾਨਪੁਰਾ ਛੱਡ ਕੇ ਬਾਦਸ਼ਾਹੀ ਮਸੀਦ ਦੇ ਉਸ ਹੁਜਰੇ ਵਿੱਚ ਆ ਵੱਸੇ ਜਿਸ ਹੁਜਰੇ ਨੂੰ ਸ਼ਾਹ ਹੁਸੈਨ ਦਾ ਹੁਜਰਾ ਵੀ ਆਖਿਆ ਜਾਂਦਾ ਹੈ। ਆਜ਼ਾਦੀ ਦੇ ਕੁਛ ਅਰਸਾ ਬਾਅਦ ਦਿੱਲੀ ਵਿੱਚ ਇੱਕ ਮੁਸ਼ਾਇਰਾ ਹੁੰਦਾ ਹੈ। ਉਸਤਾਦ ਜੀ ਨੇ ਫਿਲਬਦੀ ਇਹ ਨਜ਼ਮ ਪੜ੍ਹੀ। ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ, ਸੋਏ ਤੁਸੀਂ ਵੀ ਹੋ ਸੋਏ ਅਸੀਂ ਵੀ ਹਾਂ, ਲਾਲੀ ਅੱਖੀਆਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਹੋ ਰੋਏ ਅਸੀਂ ਵੀ ਹਾਂ। ਇਹ ਨਜ਼ਮ ਸੁਣ ਕੇ ਲੋਕੀ ਰੋ ਪਏ। ਪੰਡਿਤ ਜਵਾਹਰ ਲਾਲ ਨਹਿਰੂ ਉਸ ਟਾਈਮ ਦੇ ਜਿਹੜੇ ਵਜ਼ੀਰ ਆਜ਼ਮ ਸਨ, ਉਹਨਾਂ ਨੇ ਉਸਤਾਦ ਨੂੰ ਕਿਹਾ ਕਿ ਮੇਰੀ ਖਾਹਿਸ਼ ਏ ਵੀ ਉਸਤਾਦ ਦਾਮਨ ਇੱਥੇ ਹੀ ਰਹਿ ਜਾਣ। ਪਰ ਦਾਮਨ ਜੀ ਨੇ ਇਨਕਾਰ ਕਰਦਿਆਂ ਆਖਿਆ, ਮੈਂ ਰਵਾਂਗਾ ਲਾਹੌਰ ਵਿੱਚ ਹੀ, ਭਾਵੇਂ ਜੇਲ੍ਹ ਵਿੱਚ ਕਿਉਂ ਨਾ ਰਵਾਂ।